ਵਿਧਾਨ ਸਭਾ ਹਲਕਾ ਫਿਲੌਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਕਰੀਮਪੁਰੀ ਨੇ ਆਪਣਾ ਚੋਣ ਪ੍ਰਚਾਰ ਹੋਰ ਤੇਜ਼ ਕਰਦੇ ਹੋਏ ਕਸਬਾ ਅਪਰਾ ਵਿਖੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਅਵਤਾਰ ਸਿੰਘ ਕਰੀਮਪੁਰੀ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ਸਾਡੀ ਪਾਰਟੀ ਗਰੀਬਾਂ ਦੇ ਭਲਾਈ ਹਿੱਤ ਕੰਮ ਕਰਨ ਵਾਲੀ ਪਾਰਟੀ ਹੈ। ਅਸੀਂ ਸਦਾ ਗਰੀਬਾਂ ਦੇ ਹੱਕ ਵਾਲੀ ਗੱਲ ਕੀਤੀ ਹੈ। ਇਸ ਵਾਰ 2017 ਦੀਆਂ ਚੋਣਾਂ ਜਿੱਤ ਕੇ ਸਾਡੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਅਸੀਂ ਪਹਿਲ ਦੇ ਆਧਾਰ 'ਤੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਵਾਂਗੇ, ਬਜ਼ੁਰਗਾਂ ਦੀਆਂ ਪੈਨਸ਼ਨਾਂ ਦੁੱਗਣੀਆਂ ਕਰਾਂਗੇ, ਖੁਦਕੁਸ਼ੀਆਂ ਕਰਦੇ ਕਿਸਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਗਰੀਬਾਂ ਦੇ ਭਲਾਈ ਹਿੱਤ ਹੋਰ ਬਹੁਤ ਸਾਰੇ ਕੰਮ ਕਰਾਂਗੇ ਜਿਸ ਨਾਲ ਗਰੀਬੀ ਦੂਰ ਹੋ ਸਕੇ। ਇਸ ਮੌਕੇ ਰਾਮ ਸਰੂਪ ਸਰਵਾ, ਸਰਪੰਚ ਰਾਮ ਸਰੂਪ ਚੰਬਾ, ਚੌਧਰੀ ਗਨਾਮ ਸਿੰਘ, ਹਮੇਸ਼ ਗੜਾ, ਸਰਪੰਚ ਕਾਂਤੀ ਮੋਹਨ ਤੋਂ ਇਲਾਵਾ ਹੋਰ ਬਹੁਤ ਸਾਰੇ ਬਸਪਾ ਆਗੂ ਮੌਜੂਦ ਸਨ। ਅਪਰਾ ਤੋਂ ਏਪੀ ਨਿਊਜ਼ ਲਈ ਪ੍ਰਾਪਲ ਦੀ ਰਿਪੋਰਟ। ਹਾਂਜੀ, ਅੱਜ ਅਪਰਾ ਵਿਖੇ ਬਹੁਜਨ ਸਮਾਜ ਪਾਰਟੀ ਦਾ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ, ਜਿਸ ਦਾ ਉਦਘਾਟਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਕੀਤਾ। ਅਸੀਂ ਅਪਰਾ ਵਾਸੀਆਂ ਵੱਲੋਂ ਅਵਤਾਰ ਕਰੀਮਪੁਰੀ ਜੀ ਨੂੰ ਇਹ ਵਿਸ਼ਵਾਸ ਦਵਾਇਆ ਕਿ ਇਹਨਾਂ ਨੂੰ ਅਸੀਂ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਅਪਰਾ ਤੋਂ ਭੇਜਾਂਗੇ। ਹੈਪੀ ਇੰਡੀਆ। ਹਾਂਜੀ ਸਰ, ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਅਪਰਾ ਸਰਕਲ ਦੇ ਇਲੈਕਸ਼ਨ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ 'ਤੇ ਮੈਂ ਪਾਰਟੀ ਦੇ ਸਮੂਹ ਵਰਕਰਾਂ, ਸਮਰਥਕਾਂ, ਅਪਰਾ ਵਾਸੀਆਂ, ਇਲਾਕਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ, ਵਧਾਈ ਦਿੰਦਾ ਔਰ ਜਿੰਨੀਆਂ ਵੀ ਸੰਗਤਾਂ ਇੱਥੇ ਵੱਧ ਚੜ੍ਹ ਕੇ ਆਈਆਂ ਉਹਨਾਂ ਸਾਰਿਆਂ ਦਾ ਮੈਂ ਸ਼ੁਕਰੀਆ ਵੀ ਅਦਾ ਕਰਦਾ। ਉਹਨਾਂ ਦਾ ਇੱਕ ਇੱਕ ਕਦਮ ਜਿਹੜਾ ਉਹਦਾ ਮੈਂ ਸਤਿਕਾਰ ਵੀ ਕਰਦਾ ਔਰ ਮੈਂ ਇਸ ਹਲਕੇ ਦਾ ਪੂਰਾ ਇੱਕ ਦੌਰਾ ਮੁਕੰਮਲ ਕਰ ਚੁੱਕਾ। ਕਰੀਬ ਜੋ ਮੈਂ ਪਿੰਡਾਂ ਵਿੱਚ ਜਾ ਕੇ ਦੇਖਿਆ, ਜੋ ਮੈਂ ਸ਼ਹਿਰ ਦੇ ਵਿੱਚ ਅਲੱਗ ਅਲੱਗ ਦੁਕਾਨਦਾਰ ਭਰਾਵਾਂ ਨੂੰ ਮਿਲ ਕੇ ਦੇਖਿਆ, ਮੈਂ ਮਹਿਸੂਸ ਕੀਤਾ ਕਿ ਹਲਕੇ ਦੇ ਵਾਸੀਆਂ ਨੇ ਇਹ ਮਨ ਬਣਾ ਲਿਆ ਹੈ ਕਿ ਇਸ ਵਾਰ ਬਹੁਜਨ ਸਮਾਜ ਪਾਰਟੀ ਨੂੰ ਇਤਿਹਾਸ ਵਿੱਚ ਜਿਤਾਉਣੀ ਹੈ। ਤਾਂ ਮੈਂ ਇਲਾਕਾ ਵਾਸੀਆਂ ਨੂੰ ਇਹ ਵਿਸ਼ਵਾਸ ਦਵਾਉਣਾ ਕਿ ਜਨਤਾ ਬਹੁਜਨ ਸਮਾਜ ਪਾਰਟੀ ਨੂੰ ਆਸ਼ੀਰਵਾਦ ਦੇਵੇਗੀ, ਜਿੱਥੇ ਅਸੀਂ ਸੂਬੇ ਦੇ ਮੁੱਦੇ ਜਿਹੜੇ, ਸੂਬੇ ਦੀਆਂ ਚੁਣੌਤੀਆਂ ਜਿਹੜੀਆਂ, ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣਾ, ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਦੇਣਾ, ਪੰਜਾਬ ਦੀ ਉਦਮਕਸ਼ ਕਰਨੀ, ਕਿਸਾਨੀ ਨੂੰ ਸੰਕਟ ਤੋਂ ਕੱਢਣਾ, ਮਜ਼ਦੂਰ ਕਿਰਤੀ ਕਾਮਿਆਂ ਦੇ ਮਸਲੇ ਹੱਲ ਕਰਨੇ, ਵਪਾਰੀ ਵਰਗ ਦੇ ਹਿੱਤਾਂ ਦੀ ਰਾਖੀ ਕਰਨੀ, ਛੋਟੇ ਉਦਯੋਗ ਨੂੰ ਮੁੜ ਕੇ ਆਪਣੇ ਪੈਰਾਂ 'ਤੇ ਕਰਨਾ, ਜਿੱਥੇ ਅਸੀਂ ਸਟੇਟ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਉਹਨਾਂ ਦਾ ਹੱਲ ਲੱਭਣਾ ਹੈ, ਉਹ 'ਚ ਇਸ ਹਲਕੇ ਦਾ ਜੋ ਵਿਕਾਸ ਦੇ ਪਛੜਾਪਣ ਹੈ ਉਹਨੂੰ ਵੀ ਦੂਰ ਕਰਾਂਗੇ। ਕਿਉਂਕਿ ਮੈਂ ਬਹੁਤ ਪਿੰਡਾਂ 'ਚ ਜਾ ਕੇ ਦੇਖਿਆ ਕਿ ਗੰਦੇ ਪਾਣੀ ਦੇ ਬਰਾਬਰ ਨਿਕਾਸ ਵੀ ਜਨਤਾ ਦੇ ਘਰਾਂ 'ਚ ਪਾਣੀ ਜਾ ਵੜਦਾ ਔਰ ਕਈ ਐਸੀਆਂ ਮੌਤਾਂ ਵੀ ਗੰਦੇ ਪਾਣੀ ਦੇ ਨਾਲ ਹੋਈਆਂ ਔਰ ਸੰਗਤ ਜਿਹੜੀ ਆ ਪਿੰਡਾਂ ਦੇ ਵਿੱਚ ਰਹਿਣਾ ਮੁਸ਼ਕਲ ਹੈ। ਤਾਂ ਇਸ ਕਰਕੇ BSP ਲੋਕਲ ਹਲਕੇ ਦਾ ਵਿਕਾਸ, ਚਾਹੇ ਹਸਪਤਾਲ ਸਕੂਲਾਂ ਦੇ ਵਿੱਚ ਅਧਿਆਪਕ, ਇਸ ਦਾ ਮਸਲਾ ਪਹਿਲ